ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ, ਵੀਡੀਓ ਨੂੰ ਸ਼ੇਅਰ ਕਰਨਾ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ, ਸਾਰਿਆਂ ਦਾ ਸਵਾਗਤ ਹੈ ਜੀ। ਸੋ ਪਿਆਰਿਓ, ਪਾਕਿਸਤਾਨ ਵਜ਼ੀਰੇ ਆਲਾ ਮਰੀਅਮ ਨਵਾਜ਼ ਸਾਹਿਬਾ ਨੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਿੱਤਾ। ਸੋ ਬਹੁਤ ਹੀ ਵੀਡੀਓ ਵਾਇਰਲ ਹੋਈ, ਇਹਦਾ ਸੱਚ ਕੀ ਹੈ? ਸੋ ਆਖਰ ਕਰਤਾਰਪੁਰ ਸਾਹਿਬ ਕਿਸ ਤਰ੍ਹਾਂ ਦੇ ਦਿੱਤਾ, ਉਹਦੇ ਬਾਰੇ ਆਪਾਂ ਕੁਝ ਕੁ ਵਿਚਾਰਾਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ। ਪਹਿਲਾਂ ਤਾਂ ਫਤਿਹ ਬੁਲਾਓ, ਹਾਜ਼ਰੀ ਲਗਵਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਪਾਕਿਸਤਾਨ ਸਾਡਾ ਇੱਕ ਲਹਿੰਦਾ ਪੰਜਾਬ ਹੈ। ਉਹ ਸਮਾਂ ਸਾਡੇ ਦਾਦੇ ਪੜਦਾਦਿਆਂ ਨੇ ਵੇਖਿਆ, ਜਿਹੜੇ ਸਮੇਂ ਦੇ ਵਿੱਚ ਪਾਕਿਸਤਾਨ ਨਾਮ ਦੀ ਕੋਈ ਚੀਜ਼ ਨਹੀਂ ਸੀ, ਸਾਰਾ ਇੱਕੋ ਹੀ ਸੀ, ਕੋਈ ਲਹਿੰਦਾ ਕੋਈ ਚੜ੍ਹਦਾ ਨਹੀਂ ਸੀ, ਕੋਈ ਪਾਕਿਸਤਾਨ ਕੋਈ ਇੰਡੀਆ ਬਾਰਡਰ ਨਹੀਂ ਸੀ, ਕੋਈ ਜ਼ੀਰੋ ਲਾਈਨ ਨਹੀਂ ਸੀ। ਜਿਵੇਂ ਆਪਾਂ ਇੱਥੋਂ ਚੱਲ ਕੇ ਲੁਧਿਆਣੇ ਵਗ ਜਾਈਏ ਜਾਂ ਫਿਰ ਅੰਮ੍ਰਿਤਸਰ ਵਗ ਜਾਈਏ, ਸਾਰਾ ਸਿਸਟਮ ਐਵੇਂ ਸੀ, ਕੋਈ ਤਾਰਾਂ ਨਹੀਂ ਸੀ, ਕੋਈ ਰੁਕਾਵਟ ਨਹੀਂ ਸੀ। ਕੁਛ ਸਾਡੇ ਲੋਕਾਂ ਨੇ ਇਲਤਾਂ ਕੀਤੀਆਂ, ਕਹਿਣ ਤੋਂ ਭਾਵ ਘਟੀਆਂ ਹਰਕਤਾਂ ਕੀਤੀਆਂ, ਜਿਨ੍ਹਾਂ ਕਰਕੇ ਆਹ ਦਿਨ ਬਣ ਗਏ, ਬਾਰਡਰ ਬਣ ਗਏ, ਤਕਸੀਮ ਕਰ ਦਿੱਤੇ ਗਏ ਮੁਲਕ, ਉਹ ਪਾਕਿਸਤਾਨ ਬਣਾਤਾ। ਹਾਲਾਂਕਿ ਹੈ ਧਰਤੀ ਸਾਡੀ ਇੱਥੋਂ ਦੀ, ਉਹ ਪੰਜਾਬ ਦੀ ਉਹ, ਪਰ ਇੱਕ ਵੰਡ ਕੇ ਉਹਦੇ ਵਿੱਚ ਤਾਰਾਂ ਖਿੱਚ ਕੇ ਉਹਨੂੰ ਜਿਹੜਾ ਹੈ ਉਹ ਵੰਡ ਦਿੱਤਾ ਗਿਆ ਕਿ ਆਹ ਪਾਕਿਸਤਾਨ ਹੈ ਜੀ, ਆਹ ਇੰਡੀਆ ਹੈ, ਇਹ ਪੰਜਾਬ ਦਾ ਹਿੱਸਾ ਆ ਗਿਆ ਜੀ, ਆਹ ਯੂਪੀ, ਆਹ ਬਿਹਾਰ, ਇਹ ਵੰਡ ਦਿੱਤੀਆਂ ਗਈਆਂ, ਸਟੇਟਾਂ ਵੰਡ ਦਿੱਤੀਆਂ ਗਈਆਂ। ਸਾਧ ਸੰਗਤ, ਇਹ ਗੱਲ ਯਾਦ ਰੱਖਿਓ ਵੀ ਇਹ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋਇਆ, ਉਹਨਾਂ ਲੋਕਾਂ ਦੇ ਦਿਮਾਗ ਨਾਲ ਹੋਇਆ, ਉਹਨਾਂ ਲੋਕਾਂ ਦੀ ਇਹ ਸਾਰੀ ਕੀਤੀ ਕਰਤੂਤ ਹੈ, ਜਿਹੜੇ ਲੋਕ ਨਹੀਂ ਸੀ ਚਾਹੁੰਦੇ ਵੀ ਲੋਕ ਧਰਮਾਂ ਦੇ ਨਾਂ 'ਤੇ ਇਕੱਠੇ ਰਲ ਕੇ ਬੈਠਣ, ਇਹਨਾਂ ਲੋਕਾਂ ਦੇ ਵਿੱਚ ਫੁੱਟ ਜਿਹੜੀ ਹੈ ਉਹ ਨਾ ਪਵੇ। ਉਹ ਚਾਹੁੰਦੇ ਸੀ ਵੀ ਇਹਨਾਂ ਲੋਕਾਂ ਦੇ ਵਿੱਚ ਫੁੱਟ ਪਵੇ, ਧਰਮਾਂ ਦੇ ਨਾਮ 'ਤੇ ਇਹ ਲੋਕ ਲੜਨ। ਉਹਨਾਂ ਲੋਕਾਂ ਦੀ ਇਹ ਸਾਰੀ ਕੀਤੀ ਕਰਾਈ ਹੈ, ਜਿਹੜੇ ਲੋਕਾਂ ਨੇ ਵੇਖਿਆ ਵੀ ਇਹਨਾਂ ਲੋਕਾਂ ਨੂੰ ਲੜਾਇਆ ਜਾਵੇ। ਤਰੀਕਾ ਕੀ ਕੱਢਿਆ? ਮੁਲਕ ਵੰਡ ਦਿੱਤੇ ਗਏ, ਨਸਲਕੁਸ਼ੀ ਕੀਤੀ ਗਈ, ਸਾਹਦ ਤੋਂ ਵੱਧ ਲੋਕ ਮਾਰੇ ਗਏ, ਧਰਮਾਂ ਦੇ ਨਾਂ 'ਤੇ ਵੱਢ ਦਿੱਤੇ ਗਏ, ਕਤਲ ਕਰ ਦਿੱਤੇ ਗਏ, ਕਤਲੋ ਗਾਰਤ ਹੋਈ। 1947 ਦਾ ਸੇਕ ਜੋ ਅਸੀਂ ਝੱਲਿਆ, ਅਤੇ ਯਾਦ ਰੱਖਿਓ ਉਹਦੇ ਜਿਹੜੇ ਬਣੇ ਹੋਏ ਜ਼ਖਮ ਸੀ ਉਹ 1984 ਦੇ ਵਿੱਚ ਦੁਬਾਰਾ ਅੱਲੇ ਕਰ ਦਿੱਤੇ। ਸਭ ਤੋਂ ਵੱਧ ਨੁਕਸਾਨ 1947 ਦੇ ਵਿੱਚ ਵੀ ਜੇ ਗੱਲ ਕਰੀਏ ਸਿੱਖਾਂ ਅਤੇ ਮੁਸਲਮਾਨ ਭਰਾਵਾਂ ਦੀ ਹੋਇਆ, ਔਰ ਹਿੰਦੂ ਵੀਰ ਭੈਣ ਸਾਡੇ ਉਹ ਵਿੱਚ ਇਸ ਕਰਕੇ ਮਾਰੇ ਗਏ ਕਿਉਂਕਿ ਜਿਹੜੇ ਆਪਣੇ ਆਪ ਨੂੰ ਧਰਮ ਦੇ ਰਖਵਾਲੇ ਸਮਝਦੇ ਸੀ ਜਾਂ ਜਿਹੜੇ ਸਮਝਦੇ ਸੀ ਵੀ ਅਸੀਂ ਇੱਕ ਹਾਂ, ਸਾਡਾ 9 ਮਾਸ ਦਾ ਰਿਸ਼ਤਾ ਹੈ, ਜਿਹੜੇ ਸੱਚੇ ਦਿਲੋਂ ਮੁਹੱਬਤ ਕਰਦੇ ਸੀ ਦੋਵੇਂ ਧਰਮਾਂ ਨੂੰ। ਅਤੇ 1984 ਦੇ ਵਿੱਚ ਜ਼ਿਆਦਾਤਰ ਸਿੱਖਾਂ ਦੀ ਨਸਲਕੁਸ਼ੀ ਹੋਈ, ਸਿੱਖਾਂ ਨੂੰ ਖਤਮ ਕਰ ਦਿੱਤਾ ਗਿਆ। ਪਿਆਰਿਓ, ਇਹ ਉਹ ਸਮਾਂ ਸੀ ਜਦੋਂ ਸਭ ਤੋਂ ਵੱਧ ਕੌਮਾਂ ਨੇ ਸੰਤਾਪ ਹੰਢਾਇਆ ਹੈ। ਖੈਰ, ਪਾਕਿਸਤਾਨ ਵੰਡ ਦਿੱਤਾ ਗਿਆ, ਅਲੱਗ ਕਰ ਦਿੱਤਾ ਗਿਆ, ਪਰ ਬਾਬੇ ਦੇ ਅਸਥਾਨ ਗੁਰਦੁਆਰਾ ਕਿਆਰਾ ਸਾਹਿਬ ਖੇਤੀ ਔਰ ਕਰਤਾਰਪੁਰ ਸਾਹਿਬ ਦੀ ਧਰਤੀ, ਸਭ ਤੋਂ ਵੱਡਾ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਔਰ ਹੋਰ ਕਿੰਨੇ ਅਸਥਾਨ ਨੇ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ, ਮੈਂ ਕਦੇ ਇਹਨਾਂ ਅਸਥਾਨਾਂ 'ਤੇ ਨਹੀਂ ਗਿਆ, ਔਰ ਇਹਨਾਂ ਅਸਥਾਨਾਂ 'ਤੇ
ਜਾਣ ਦੀ ਇੱਛਾ ਬਹੁਤ ਵਾਰੀ ਹੋਈ, ਪਰ ਆਖਰ ਮੈਨੂੰ ਪਤਾ ਨਹੀਂ ਵੀ ਸ਼ਾਇਦ ਉਹ ਫੀਸ ਹੈ, ਅੱਜ ਵੀ ਹੈ, ਪਤਾ ਨਹੀਂ। ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ। ਕਰਤਾਰਪੁਰ ਸਾਹਿਬ ਕਹਿੰਦੇ ਕੈਨੇਡੀਅਨ ਡਾਲਰਾਂ ਦੇ ਵਿੱਚ ਫੀਸ ਲੈਂਦੇ ਨੇ, ਮੈਂ ਸੁਣਿਆ ਹੀ ਹੈ, ਅਤੇ ਉਹ ਆਪਣੇ ਜਿਹੜੀ ਹੈ 1500-1600 ਰੁਪਏ ਦੇ ਇਰਦ ਗਿਰਦ ਜਿਹੜੀ ਹੈ ਫੀਸ ਬਣਦੀ ਹੈ, ਅਤੇ ਹੋ ਸਕਦਾ ਘੱਟ ਵੱਧ ਗਈ ਹੋਵੇ। ਅਤੇ ਇਸ ਕਰਕੇ ਮਨ ਨਹੀਂ ਬਣਿਆ, ਕੁਝ ਇਹੋ ਜਿਹਾ ਸਮਾਂ ਸੀ ਵੀ ਜਾਈਏ, ਕਿਉਂਕਿ ਕਰਤਾਰਪੁਰ ਸਾਹਿਬ ਦੇ ਦਿਦਾਰੇ ਤੱਕ ਨਹੀਂ ਹੋਏ, ਨਨਕਾਣਾ ਸਾਹਿਬ ਬਹੁਤ ਦੂਰ ਦੀ ਗੱਲ ਹੈ। ਸੋ ਕਈ ਵਾਰੀ ਸੋਚਿਆ ਵੀ ਜਾਈਏ, ਪਰ ਨਹੀਂ, ਜਦੋਂ ਸੱਚੇ ਪਾਤਸ਼ਾਹ ਕਿਤੇ ਕਿਰਪਾ ਕਰਨਗੇ ਸ਼ਾਇਦ ਹੀ ਜਾਇਆ ਜਾਵੇਗਾ। ਔਰ ਸਾਧ ਸੰਗਤ ਇੱਕ ਬੇਨਤੀ ਕਰਾਂ, ਇਹ ਗੱਲ ਯਾਦ ਰੱਖਿਓ ਵੀ ਕਰਤਾਰਪੁਰ ਸਾਹਿਬ ਉਹ ਧਰਤੀ ਹੈ ਪਿਆਰਿਓ ਜਿੱਥੇ ਗੁਰੂ ਪਾਤਸ਼ਾਹ ਨੇ ਖੇਤੀ ਕੀਤੀ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਹ ਅਸਥਾਨ ਹੈ, ਜਿੱਥੇ ਬੰਬ ਵੀ ਪਿਆ, ਆਰਮੀ ਨੇ ਬੰਬ ਮਾਰਿਆ ਪਰ ਉਹ ਅਸਥਾਨ 'ਤੇ ਬੰਬ ਫਟਿਆ ਨਹੀਂ, ਅਤੇ ਕਰਤਾਰਪੁਰ ਸਾਹਿਬ ਦੀ ਧਰਤੀ ਉਹ ਭਾਗਾਂ ਵਾਲੀ ਧਰਤੀ ਹੈ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਸਪਰਸ਼ ਹੋਏ ਨੇ ਉਸ ਧਰਤੀ ਨੂੰ। ਹੁਣ ਮੈਂ ਮੇਨ ਗੱਲ ਕਰਾਂ ਕਿ ਸਿੱਖਾਂ ਲਈ ਭਾਵੇਂ ਰਾਹ ਖੋਲ, ਸਿੱਖਾਂ ਲਈ ਨਹੀਂ ਇਕੱਲਿਆਂ ਲਈ, ਸਾਰਿਆਂ ਲਈ, ਪੂਰੀ ਦੁਨੀਆ, ਕੋਈ ਵਰਗ ਕਿਸੇ ਧਰਮ ਦਾ ਕੋਈ ਬੰਦਾ ਹੋਵੇ, ਹਰ ਕੋਈ ਜਾ ਸਕਦਾ, ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਦੇ ਦੀਦਾਰੇ ਕਰ ਸਕਦਾ ਹੈ ਜੀ। ਬਿਲਕੁਲ ਜਾਓ ਜੀ, ਜਮ ਜਾਓ, ਸਾਰੇ ਜਾਓ, ਆਪਣੇ ਨਾਲਦਿਆਂ ਨੂੰ ਲੈ ਕੇ ਜਾਓ, ਮੇਰੇ ਵਰਗਾ ਜਿਹੜਾ ਕੋਈ ਨਹੀਂ ਗਿਆ, ਨਹੀਂ ਜਾ ਸਕਦਾ ਕੋਈ, ਉਹਨੂੰ ਵੀ ਜ਼ਰੂਰ ਲੈ ਕੇ ਜਾਓ, ਦੀਦਾਰੇ ਕਰਵਾ ਕੇ ਲੈ ਕੇ ਆਓ, ਕੋਈ ਵਾਂਝਾ ਨਾ ਰਹਿ ਜੇ ਬਾਬੇ ਦੇ ਦਰਸ਼ਨਾਂ ਤੋਂ। ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕਰਤਾਰਪੁਰ ਸਾਹਿਬ ਸਿੱਖਾਂ ਨੂੰ ਦੇ ਦਿੱਤਾ। ਉਹਦੇ ਵਿੱਚ ਕੀ ਸੀ, ਇੱਕ ਜੋ CM ਨੇ ਮਰੀਅਮ ਨਵਾਜ਼ ਸਾਹਿਬਾ, ਉਹਨਾਂ ਨੇ ਕਰਤਾਰਪੁਰ ਸਾਹਿਬ ਆ ਕੇ ਸਪੀਚ ਦਿੱਤੀ, ਕਹਿੰਦੇ ਮੈਂ ਸਾਰਿਆਂ ਦੇ ਧੰਨਵਾਦੀ ਹਾਂ, ਜਿੰਨੇ ਵੀ ਇੰਡੀਆ ਤੋਂ ਆਏ ਨੇ ਜਾਂ ਇੱਥੋਂ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਉਹਨਾਂ ਨੇ ਪ੍ਰਸ਼ਾਦਾ ਵੀ ਛਕਿਆ ਸੰਗਤ ਦੇ ਨਾਲ, ਉਹਨਾਂ ਨੇ ਇਹ ਵੀ ਕਿਹਾ ਵੀ ਜਮ ਆਓ, ਸਾਰੇ ਆਓ। ਸੋ ਆਖਿਰਕਾਰ ਕੁਝ ਸ਼ਾਇਦ ਫੀਸ ਦੇ ਵਿੱਚ ਵੀ ਛੋਟਾਂ ਦਿੱਤੀਆਂ ਜਾਣਗੀਆਂ, ਸ਼ਾਇਦ ਕੁਝ ਕਰਤਾਰਪੁਰ ਸਾਹਿਬ ਦੇ ਨਿਯਮ ਵੀ ਬਦਲੇ ਜਾ ਸਕਦੇ ਨੇ, ਪਰ ਇਹ ਗੱਲ ਯਾਦ ਰੱਖਿਓ ਵੀ ਉਹਨਾਂ ਨੇ ਕਰਤਾਰਪੁਰ ਸਾਹਿਬ ਆਉਣ ਲਈ ਸੱਦਾ ਦਿੱਤਾ, ਕਰਤਾਰਪੁਰ ਸਾਹਿਬ ਨਹੀਂ ਦਿੱਤਾ। ਸਾਡੇ ਲੋਕਾਂ ਨੂੰ ਇੰਝ ਹੋ ਗਿਆ ਵੀ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਤਾ ਜੀ, ਇੱਦਾਂ ਹੀ ਨਨਕਾਣਾ ਸਾਹਿਬ ਦੇ ਤਾਂ ਚੰਗਾ ਹੋਵੇ। ਉਹ ਵੰਡ ਕੇ ਦੇਣ ਨੂੰ ਤਿਆਰ ਵੀ ਹੋ ਜਾਣਗੇ, ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ, ਪਰ ਸਾਡੇ ਵਾਲੇ ਕਦੇ ਲੈਣ ਨਹੀਂ ਦੇਣਗੇ, ਨਾ ਹੀ ਇਹਨਾਂ ਨੇ ਲੈਣਾ। ਨਨਕਾਣਾ ਸਾਹਿਬ ਤੱਕ, ਕਰਤਾਰਪੁਰ ਸਾਹਿਬ ਤੱਕ ਸਾਡੇ ਲੋਕ ਲੈ ਸਕਦੇ ਨੇ, ਦਿੱਤਾ ਜਾ ਸਕਦਾ ਜੇ ਸਰਕਾਰਾਂ ਉਪਰਾਲਾ ਕਰਨ, ਉਹ ਲੋਕ ਮੰਨ ਸਕਦੇ ਨੇ, ਪਰ ਸਾਡੇ ਵਾਲਿਆਂ ਨੂੰ ਮਨਾਉਣਾ ਔਖਾ। ਰਾਸ਼ਟਰਪਤੀ ਤੱਕ ਮੰਨ ਸਕਦੇ ਨੇ ਆਪਣੇ, ਪਰ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਇਹਨਾਂ ਲੋਕਾਂ ਦੇ ਕੋਈ ਪੱਲੇ ਇਹ ਗੱਲ ਪਵੇ। ਇਹ ਲੋਕ ਨੇ, ਇਹ ਲੋਕ ਧਰਮਾਂ ਦੇ ਨਾਂ 'ਤੇ ਰਾਜਨੀਤੀਆਂ ਕਰਨ ਜਾਣਦੇ ਨੇ, ਧਰਮਾਂ ਦੇ ਨਾਂ 'ਤੇ ਲੋਕਾਂ ਨੂੰ ਲੜਾਉਣਾ ਜਾਣਦੇ ਨੇ, ਇਹੋ ਜਿਹਾ ਕੰਮ ਇਹ ਲੋਕ ਕਰ ਦੇਣ, ਇਹ ਹੋ ਹੀ ਨਹੀਂ ਸਕਦਾ ਸਿੱਖਾਂ ਦੇ ਲਈ। ਖਾਸ ਕਰਕੇ ਜਿਹੜੇ ਲੋਕ ਮਸਜਿਦਾਂ 'ਤੇ ਚੜ੍ਹ ਕੇ ਜੈ ਸ਼੍ਰੀ ਰਾਮ ਦੇ ਨਾਅਰੇ ਲਵਾ ਸਕਦੇ ਨੇ, ਮਸਜਿਦਾਂ ਨੂੰ ਢਵਾ ਸਕਦੇ ਨੇ, ਅਤੇ ਜਿਹੜੇ ਲੋਕ ਮੰਦਰ ਨੂੰ ਬਣਾਉਣ ਦੇ ਲਈ, ਇੱਕ ਮੰਦਰ ਨੂੰ ਬਣਾਉਣ ਦੇ ਲਈ ਲੱਖਾਂ ਗਰੀਬ ਲੋਕਾਂ ਦੇ ਘਰ ਉਜਾੜ ਸਕਦੇ ਨੇ, ਅਤੇ ਉਹ ਸਿੱਖਾਂ ਨਾਲ ਕਿਹੋ ਜਿਹਾ ਵਰਤਾਵ ਕਰਨਗੇ, ਇਹ ਅੰਦਾਜ਼ਾ ਲਾ ਸਕਦੇ ਹੋ। ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਰਾਮ ਮੰਦਰ ਬਣਾਉਣ ਦੇ ਲਈ ਕਿੰਨੇ ਲੋਕਾਂ ਨੂੰ ਘਰੋਂ ਬੇਘਰ ਕਰਤਾ, ਕਿੰਨੇ ਲੋਕਾਂ ਦਾ ਰੁਜ਼ਗਾਰ ਮਾਰਤਾ, ਦੁਕਾਨਾਂ ਢਾਹਤੀਆਂ। ਪਰ ਯਾਦ ਰੱਖਿਓ ਵੀ ਉੱਥੇ ਲੋਕ ਜਿਹੜੇ
ਇੱਕ ਭਗਵਾਨ ਦਾ ਘਰ ਬਣਾਉਣ ਦੇ ਲਈ ਲੱਖਾਂ ਭਗਵਾਨ ਜਿਨ੍ਹਾਂ ਦੇ ਮਨਾਂ ਵਿੱਚ ਵੱਸਦਾ ਸੀ ਉਹਨਾਂ ਲੋਕਾਂ ਨੂੰ ਉਜਾੜ ਦਿੱਤਾ ਗਿਆ। ਖੈਰ ਮੈਂ ਤਾਂ ਕਰਕੇ ਬੇਨਤੀ ਕੀਤੀ ਵੀ ਅੰਨੀ ਸ਼ਰਧਾ ਨਾ ਕਿਸੇ 'ਤੇ ਰੱਖੋ, ਥੋੜ੍ਹਾ ਜਿਹਾ ਜਾਗਰੂਕ ਵੀ ਹੋਵੋ। ਸਾਡਾ ਫਾਇਦਾ ਜ਼ਰੂਰ ਕੀਤਾ ਪਰ ਜਿਨ੍ਹਾਂ ਦਾ ਨੁਕਸਾਨ ਕੀਤਾ ਉਹਨਾਂ ਵੱਲ ਵੀ ਵੇਖੋ। ਸਤਸੰਗਤ, ਕਰਤਾਰਪੁਰ ਸਾਹਿਬ ਅਸਥਾਨ ਹੈ ਜਿਹੜਾ ਉਹ ਇੰਡੀਆ ਨੂੰ ਦਿੱਤਾ ਜਾ ਸਕਦਾ ਹੈ, ਪਰ ਯਾਦ ਰੱਖਿਓ ਜੇ ਸਰਕਾਰ ਉਪਰਾਲਾ ਕਰੇ ਸਾਡੀ ਸੈਂਟਰ ਗੌਰਮੈਂਟ, ਅਤੇ ਚਲੋ ਉੱਧਰਲੀ ਸਰਕਾਰ ਮੰਨ ਸਕਦੀ ਹੈ, ਪਰ ਸਾਡੇ ਵਾਲਾਂ ਤੱਕ ਜੇ ਗੱਲ ਪਹੁੰਚਦੀ ਹੈ ਤਾਂ ਜ਼ਰੂਰ ਪਹੁੰਚਾਇਓ। ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਸਦਾ ਵਾਸਤੇ ਖੋਲ੍ਹ ਦੇਣ 'ਚ ਜੀਰੋ ਲਾਈਨ ਚੱਕ ਕੇ ਕਰਤਾਰਪੁਰ ਸਾਹਿਬ ਤੋਂ ਅੱਗੇ ਹੁੰਦੀ ਹੈ, ਵੈਸੇ ਤਾਂ ਚਲੋ ਜੇ ਸਾਰੇ ਹੀ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ, ਅਸੀਂ ਆਪਣਾ ਲੈਣ ਦੇਣ, ਅਸੀਂ ਆਪਣਾ ਵਪਾਰ ਵੀ ਉਹਨਾਂ ਨਾਲ ਚਲਾਈਏ, ਵਧੀਆ ਹੋਏਗਾ। ਬਹੁਤੇ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ। ਬਹੁਤਿਆਂ ਨੇ ਸੋਚਣਾ ਵੀ ਕਰਤਾਰਪੁਰ ਸਾਹਿਬ ਤੱਕ ਕਿ ਪਾਕਿਸਤਾਨ, ਜੇ ਪਾਕਿਸਤਾਨ ਨਾਲ ਲੈਣ ਦੇਣ ਹੋ ਗਿਆ ਉੱਧਰੋਂ ਨਸ਼ਾ ਆਊ, ਜੇ ਆਊ, ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ ਅਗਲੀ ਆਪਣੀ ਆਪਣੀ ਮਤ ਦੇ ਹਿਸਾਬ ਨਾਲ ਕਮੈਂਟਬਾਜ਼ੀਆਂ ਕਰਨ ਵਾਲੇ। ਇਹ ਤਾਂ ਅਗਲੇ 'ਤੇ ਡਿਪੈਂਡਡ ਹੈ ਵੀ ਅਗਲੇ ਨੇ ਕੀ ਖਰੀਦਣਾ, ਅਤੇ ਇੱਥੇ ਵੀ ਹੁਣ ਤੁਹਾਡੇ ਬਹੁਤ ਪਾਬੰਦੀਆਂ ਨੇ, ਇੱਥੇ ਵੀ ਨਸ਼ਾ ਆ ਹੀ ਜਾਂਦਾ। ਚਲੋ ਖੈਰ, ਆਪੋ ਆਪਣੀਆਂ ਜਿਹੜਾ ਕਰਦਾ ਨਹੀਂ ਉਹਨੂੰ ਤਾਂ ਮਤਲਬ ਹੀ ਕੀ ਹੋਊਗਾ ਜੀ। ਸੋ ਇਹ ਗੱਲ ਯਾਦ ਰੱਖਿਓ ਵੀ ਕਰਤਾਰਪੁਰ ਸਾਹਿਬ ਜਾਓ, ਜ਼ਰੂਰ ਜਾਓ, ਪਰ ਜੋ ਪ੍ਰੋਟੋਕੋਲ ਨੇ ਉਹਨਾਂ ਦਾ ਧਿਆਨ ਜ਼ਰੂਰ ਰੱਖੋ ਜੀ। ਸਾਰਿਆਂ ਨੂੰ ਮੇਰੀ ਬੇਨਤੀ ਆ, ਜ਼ਰੂਰ ਜਾਓ, ਬਾਬੇ ਦੇ ਦਰਸ਼ਨ ਕਰਕੇ ਆਓ। ਜਿਹੜਾ ਕੋਈ ਮੇਰੇ ਵਰਗਾ ਨਹੀਂ ਗਿਆ ਉਹਨੂੰ ਵੀ ਨਾਲ ਲੈ ਕੇ ਜਾਓ, ਸੇਵਾ ਕਰ ਦਿਓ, ਭਾਵੇਂ ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।